हेलो दोस्तों त्डा तो स्वागत है सुकीजा ट्यूशन एंड माइनेमिस तमन्ना और अच्छ अपनी हिस्ट्री की क्लास है जिदेच आपदुल सम्मत खा की गल करों ठीक है और नाली नाल, आपकरिया खा की गल करे लास्ट क्लास अपनी पॉलिटी की सी जिदेज़ आप पार्ट्स ऑफ इंडियन कॉन्सट्यूशन कर रहे हैं जिद आपस्ट सैकेंड और थर्ड पार्ट आपको कंप्लीट कर लिया ठीक है हम अस्टरी की क्लास है बिना किसी देरी तो आप आपके क्वेश्चन स्टार्ट कर दिया। फस्ट क्वेश्चन है अब्दुल समद खां कदों पंजाब का गवर्नर बनयासी सतारा सौ तेरह ईस्वी के सतारा सौ तो पंद्रह ईस्वी के सतारा सौ चौदह ईस्वी के सतारा सौ बारह ईस्वी के राइट ऑप्शन की है सतारा सौ पंद्रह कि अब्दुल समद खां की है पंजाब का गवर्नर कदों बनिया सतारा सौ पंद्रह ईस्वी के बनया कि ग ठीक है नैक्सट है अब्दुल समद खान कदों तक पंजाब का गवर्नर रहा कदों तक ओ फस्ट क्वेश्चन कदों बनिया और सैकेंड क्वेश्चन है कदों तक रहा सौ चौबी ईस्वी तक सतारा सौ छब्बी ईस्वी तक सतारा सौ पच्ची ईस्वी तक या सतारा सौ उन्ती ईस्वी तक और राइट ऑप्शन की है सतारा सौ छब्बी ईस्वी तक कि राइट ऑप्शन है अपने को लग? ਇਹਦੀ ਰਾਈਟ ਆਪਸ਼ਨ ਹੈ ਸੈਕਿੰਡ ਕਿ ਅਬਦੁਲ ਸਮਦ ਖਾਂ ਕਦੋਂ ਤੱਕ ਪੰਜਾਬ ਦਾ ਗਵਰਨਰ ਰਿਹਾ ਸੀ 1726 ਈਸਵੀ ਤੱਕ ਤੇ ਬਣਿਆ ਕਦੋਂ ਸੀ 1715 ਈਸਵੀ ਦੇ ਵਿੱਚ ਠੀਕ ਹੈ ਨੈਕਸਟ ਹੈ ਅਬਦੁਲ ਸਮਦ ਖਾਂ ਦੇ ਸਮੇਂ ਕੌਣ ਮੁਗਲ ਬਾਦਸ਼ਾਹ ਰਹੇ ਸਨ ਕੀ ਕਹਿੰਦੇ ਨੇ ਕਿ ਅਬਦੁਲ ਸਮਦ ਖਾਂ ਦੇ ਸਮੇਂ ਕਿਹੜਾ ਮੁਗਲ ਬਾਦਸ਼ਾਹ ਸੀ ਫਰੁਖਸੀਅਰ ਮੁਹੰਮਦ 4 ਰੰਗੀਲਾ ਦੋਵੇਂ ਜਾਂ ਕੋਈ ਵੀ ਨਹੀਂ ਅਰੇ ਦੀ ਰਾਈਟ ਆਪਸ਼ਨ ਕੀ ਹੈ 3 ਦੋਵੇਂ ਕੀ ਅਬਦੁਲ ਸਮਦ ਖਾਦੇ ਸਮੇ ਫਰੁਖਸੀਰ ਤੇ ਮੁਹੰਮਦ ਸ਼ਾ ਰੰਗੀਲਾ ਕੀ ਦੋਵੇਂ ਕੀ ਸੀ ਮੁਗਲ ਬਾਦਸ਼ਾਹ ਕੀ ਸੀ ਉਦੋਂ ਰਏ ਸਨ ਠੀਕ ਹੈ ਗਵਰਨਰ ਕਦੋਂ ਬਣਿਆ ਸੀ 1715 ਈਸਵੀ ਦੇ ਵਿੱਚ ਕਦੋਂ ਤੱਕ ਰਿਹਾ ਸੀ 1726 ਈਸਵੀ ਦੇ ਵਿੱਚ ਔਰ ਉਸ ਟਾਈਮ ਮੁਗਲ ਬਾਦਸ਼ਾਹ ਕੌਣ ਸੀ ਫਰੁਖ ਫਰੁਖਸੀਰ ਤੇ ਮੁਹੰਮਦ ਸ਼ਾ ਰੰਗੀਲਾ ਠੀਕ ਹੈ ਨੈਕਸਟ ਕੁਐਸਚਨ ਹੈ अब्दुल समद खादे पुत्र ਦਾ ਨਾਮ ਕੀ ਸੀ ਯਈਆ ਖਾਂ ਠੀਕ ਹੈ ਉਸਮਾਨ ਖਾਂ ਨਬੀ ਖਾਂ ਜਾਂ जक्रिया ਖਾਂ ਔਰ ਇਹਦੀ ਰਾਈਟ ਆਪਸ਼ਨ ਕੀ ਹੈ जक्रिया ਖਾ ਕਿ अब्दुल समद ਖਾ ਦੇ ਪੁੱਤਰ ਦਾ ਨਾਮ ਕੀ ਸੀ जक्रिया ਖਾ ਠੀਕ ਹੈ ਕੀ ਰਾਮ ਸੀ जक्रिया ਖਾ ਨੈਕਸਟ ਕੁਐਸਚਨ ਹੈ अब्दुल समद ਖਾਨ ਨੂੰ ਕਿਸ ਮੁਗਲ ਬਾਦਸ਼ਾਹ ਨੂੰ ਨਿਯੁਕਤ ਕੀਤਾ ਸੀ ਕਿ ਕਿਹੜੇ ਨਿਯੁਕਤ ਕੀਤਾ ਸੀ अब्दुल समद ਖਾਨ ਨੂੰ ਫਰੁਖਸੀਅਰ ਨੇ बहादुर शाह ने मोहम्मद शाह रंगीला ने या औरंगजेब ने और रेडी राइट ऑप्शन आपने कुल किया है फुरक्सियर ने की फुरक्सियर ने अब्दुल समद खान को किया मुगल बादशाह की है, बादशा है नियुक्त किया सी ठीक है नेक्स्ट क्वेश्चन है अब्दुल समद खान ने किसनु शहीद करवाया सी बन्दा बदन नु गुरु गोविंद सिंह जी नु कपूर सिंह नु या दिलीप सिंह नु अरे दी राइट ऑप्शन किया है बन्दा बहादुर की अब्दुल ਸਮਦ ਖਾਨ ਨੇ ਬਾਬਾ ਬੰਦਾ ਬਹਾਦਰ ਨੂੰ ਕੀ ਹੈ ਸ਼ਹੀਦ ਕਰਵਾਇਆ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਅਬਦੁਲ ਸਮਦ ਖਾਨ ਨੇ ਕਿਸ ਦੇ ਕਹਿਣ ਤੇ ਫਰਮਾਨ ਜਾਰੀ ਕੀਤੇ ਸਨ ਕੀ ਕਹਿੰਦੇ ਨੇ ਕਿ ਅਬਦੁਲ ਸਮਦ ਖਾਨ ਨੇ ਕਿਹਦੇ ਕਹਿਣ ਤੇ ਫਰਮਾਨ ਜਾਰੀ ਕੀਤੇ ਸਨ ਬਹਾਦਰ ਸ਼ਾਹ ਦੇ ਫਰੂਕਸ਼ੇਰ ਦੇ ਔਰੰਗਜ਼ੇਬ ਦੇ ਜਾਂ ਮੁਹੰਮਦ ਸ਼ਾਹ ਰੰਗੀਲਾ ਦੇ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਫਰੂਕਸ਼ੇਰ ਦੇ ਕੀ ਫਰੁਕਸੀਅਰ ਦੇ ਕਹਿਨ ਤੇ ਕੀ ਉਹਨਾਂ ਨੇ ਕੀ ਫਰਮਾਨ ਜਾਰੀ ਕੀਤਾ ਸੀ ਅਬਦੁੱਲ ਸਮਦ ਖਾਨ ਨੂੰ ਮੁਗਲ ਬਾਦਸ਼ਾਹ ਕਿਨੇ ਨਿਯੁਕਤ ਕੀਤਾ ਸੀ ਫਰੁਕਸੀਅਰ ਨੇ ਉਹਨਾਂ ਨੇ ਸ਼ਹੀਦ ਕਿਨੂੰ ਕਰਵਾਇਆ ਸੀ ਬੰਦਾ ਸਿੰਘ ਬਹਾਦਰ ਨੂੰ ਔਰ ਕੀ ਦੇ ਕਹਿਨ ਤੇ ਫਰਮਾਨ ਜਾਰੀ ਕੀਤੇ ਸੀ ਫਰੁਕਸੀਅਰ ਦੇ ਕਹਿਨ ਤੇ ਕਿਉਂਕਿ ਫਰੁਕਸੀਅਰ ਨੇ ਹੀ ਉਹਨੂੰ ਕੀ ਹੈ ਮੁਗਲ ਬਾਦਸ਼ਾਹ ਕੀ ਹੈ ਨਿਯੁਕਤ ਕੀਤਾ ਸੀ ਠੀਕ ਹੈ ਅ디 ਰਾਈਟ ਆਪਸ਼ਨ ਕੀ ਹੈ ਫਰੁਕਸੀਅਰ ਨੈਕਸਟ 8 ਕੁਐਸਚਨ ਹੈ किसਦੇ ਵਿਰੋਧ ਫਰਮਾਨ ਜਾਰੀ ਕੀਤਾ ਸੀ ਜਿਹੜਾ ਕੀ ਹੈ ਅਬਦੁਲ ਸਮਦ ਖਾਨ ਨੇ ਫਰੁਕਸ਼ੀਰ ਦੇ ਕਹਨ ਤੇ ਕੀ ਹੈ ਫਰਮਾਨ ਜਾਰੀ ਕੀਤੇ ਸਨ ਉਹ ਕਿਦੇ ਵਿਰੁੱਧ ਕੀਤੇ ਸੀ ਮੁਗਲਾਂ ਦੇ ਮਰਾਠਾ ਦੇ ਸਿੱਖਾਂ ਦੇ ਜਾਂ ਰਾਜਪੂਤਾ ਦੇ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਸਿੱਖਾਂ ਦੇ ਕੀ ਸਿੱਖਾਂ ਦੇ ਵਿਰੁੱਧ ਕੀ ਉਹਨਾਂ ਨੇ ਫਰਮਾਨ ਜਾਰੀ ਕੀਤੇ ਸੀ ਠੀਕ ਹੈ ਨੈਕਸਟ ਹੁਣ ਅੱਗੇ 9th ਕੁਐਸਚਨ ਹੈ ਆਪਣੇ ਕੁਲ ਅਬਦੁਲ ਸਮਦ ਖਾਨ ਨੇ ਕੀ ਕੀਤੇ ਜੇਕਰ ਸਿੱਖ ਮਿਲੇ ਤਾਂ ਉਸ ਨਾਲ ਕੀ ਕਰਨ ਫਾਇਲਿਆ ਇਨਾਮ ਦੇਣ ਮਾਫ ਕਰ ਦੇਣ ਜਾਂ ਕਤਲ ਕਰ ਦੇਣ ਔਰ ਇਹਦੀ ਰਾਈਟ ਆਪਸ਼ਨ ਕੀ ਹੈ 4 ਕਿ ਕਿਹਾ ਸੀ ਅਬਦੁੱਲ ਸਮਦ ਖਾਨ ਨੇ ਕਿ ਅਗਰ ਉਹਨਾਂ ਨੂੰ ਸਿੱਖ ਕਿਤੇ ਵੀ ਮਿਲਦੇ ਨੇ ਤਾਂ ਉਹਨਾਂ ਦਾ ਕੀ ਕਤਲ ਕਰ ਦਿੱਤਾ ਜਾਵੇ ਠੀਕ ਹੈ ਨੈਕਸਟ ਅਗੇ 10th ਕੁਸ਼ਨ ਹੈ ਅਬਦੁੱਲ ਸਮਦ ਖਾਨ ਨੇ ਕਿਹਾ ਜੇਕਰ ਕੋਈ ਸਿੱਖ ਦੀ ਸਹਾਇਤਾ ਕਰਦਾ ਹੈ ਉਸ ਨਾਲ ਕੀ ਹੋ ਜਾਵੇ ਵਾਰ ਕਰੋ ਕਤਲ ਕਰ ਦੇਵੋ ਇਨਾਮ ਦੇਵੋ ਮਾਫ ਕਰ ਦੇਣ ਯਾ ਫਰ ਲੈਨਲੀ ਅਰੇ ਦੀ ਰਾਈਟ ਆਪਸ਼ਨ ਕੀ ਹੈ ਕਤਲ ਕਰ ਦੇਵੋ ਕੀ ਅਬਦੁਲ ਜ਼ਮਤ ਖਾਨ ਨੇ ਕਿਹਾ ਸੀ ਕਿ ਜੇਕਰ ਕੋਈ ਸਿੱਖਾਂ ਦੀ ਮਦਦਤ ਵੀ ਕਰਦਾ ਹੈ ਤਾਂ ਉਹਦਾ ਕੀ ਕਰਦੇ ਹੋ ਕਤਲ ਕਰਦੇ ਹੋ ਤੇ ਅਬਦੁਲ ਜ਼ਮਤ ਖਾਨ ਨੇ ਕੀ ਕਹਾ ਸੀ ਕਿ ਅਗਰ ਸਿੱਖ ਕਿਤੇ ਵੀ ਮਿਲਦੇ ਨੇ ਤਾਂ ਉਹ ਤੋਂ ਵੀ ਕਤਲ ਕਰ ਦਿੱਤਾ ਜਾਵੇ ਜੇ ਉਹਨਾਂ ਦੀ ਕੋਈ ਸਹਾਇਤਾ ਵੀ ਕਰਦਾ ਤਾਂ ਉਹਦੋਂ ਵੀ ਕੀ ਕਰ ਦਿੱਤਾ ਜਾਵੇ ਕਤਲ ਕਰ ਦਿੱਤਾ ਜਾਵੇ ਠੀਕ ਹੈ ਨੈਕਸਟ 11th ਕੁਐਸਚਨ ਹੈ ਅਬਦੁਲ ਸਮਦ ਖਾਨ ਨੇ ਕਿਹੜੀ ਉਪਾਧੀ ਧਾਰਨ ਕੀਤੀ ਸੀ ਰਾਜ ਦੀ ਤਲਵਾਰ ਦਲੇਰ ਜੰਗ ਦੋਵੇਂ ਜਾਂ ਕੋਈ ਵੀ ਨਹੀਂ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਦੋਵੇਂ ਕਿ ਅਬਦੁਲ ਸਮਦ ਖਾਨ ਨੇ ਦੋਵੇਂ ਕੀ ਉਪਾਧੀਆਂ ਹਾਸਲ ਕੀਤੀਆਂ ਸੀ ਧਾਰਨ ਕੀਤੀਆਂ ਸੀ ਪਹਿਲੀ ਕਿਹੜੀ ਸੀ ਰਾਜ ਦੀ ਤਲਵਾਰ ਸੈਕਿੰਡ ਕੀ ਸੀ ਦਲੇਰ ਜੰਗ ਠੀਕ ਹੈ ਨੈਕਸਟ ਕੁਐਸਚਨ ਹੈ ਉਹਨਾਂ ਨੂੰ ਉਪਾਧੀਆਂ ਕਿਸ ਨੇ ਦਿੱਤੀਆਂ ਸੀ ਬਹਾਦਰ ਸ਼ਾਹ ਨੇ ਮੁਹੰਮਦ ਸ਼ਾਹ ਰੰਗੀਲਾ ਨੇ ਔਰੰਗਜੀਬ ਨੇ ਜਾਂ ਫਰੁਕਸੀਰ ਨੇ ਔਰ ਇਹਦੀ ਰਾਈਟ ਆਪਸ਼ਨ ਕਿ ਹੈ ਫਰੁਕਸੀਰ ਨੇ ਕਿਉਂਕਿ ਉਹਨਾਂ ਨੂੰ ਮੁਗਲ ਬਾਦਸ਼ਾਹ ਕਿਨੇ ਨਿਯੁਕਤ ਕੀਤਾ ਸੀ ਫਰੁਕਸੀਰ ਨੇ ਠੀਕ ਹੈ ਫਰਮਾਨ ਕਿਹਦੇ ਕਹਿੰਦੇ ਜਾਰੀ ਕੀਤਾ ਸੀ ਫਰੁਕਸੀਰ ਦੇ ਕਹਿੰਦੇ ਔਰ ਉਪਾਦਿਆ ਕਿਹਨੇ ਦਿੱਤੀਆਂ ਸੀ ਫਰੁਕਸੀਰ ਨੇ ਹੀ ਦਿੱਤੀਆਂ ਸੀ ਠੀਕ ਹੈ ਨੈਕਸਟ ਹੈ 13th ਕੁਐਸਚਨ ਹੈ ਅਬਦੁਲ ਸਮਦ ਖਾਨ ਨੇ ਕਿਸ ਅਬਦੁਲ ਸਮੇ ਅਬਦੁਲ ਖਾਦੇ ਸਮੇ ਕਿਸ ਵਿੱਚ ਫੁੱਟ ਪੈ ਗਈ ਸੀ ਮੁਗਲਾਂ ਦੇ ਮਰਾਠਿਆਂ ਦੇ ਸਿੱਖਾਂ ਦੇ ਜਾਂ ਰਾਜਪੂਤਾਂ ਦੇ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਸਿੱਖਾਂ ਦੇ ਕੀ ਅਬਦੁੱਲ ਜ਼ਮਤ ਖਾਦੇ ਸਮੇਂ ਕੀ ਹੈ ਸਿੱਖਾਂ ਦੇ ਵਿੱਚ ਕੀ ਪੈ ਗਈ ਸੀ ਫੁੱਟ ਪੈ ਗਈ ਸੀ ਠੀਕ ਹੈ ਨੈਕਸਟ ਕੁਐਸ਼ਨ ਹੈ ਸਿੱਖ ਕਿੰਨੇ ਭਾਗਾ ਵਿੱਚ ਵੰਡੇ ਗਏ ਸਨ 3 4 5 ਜਾਂ 2 ਔਰ ਇਹਦੀ ਰਾਈਟ ਆਪਸ਼ਨ ਕੀ ਹੈ 4 ਕਿ ਜਿਹੜੇ ਸਿੱਖ ਸੀ ਉਹ 4 ਭਾਗਾ ਦੇ ਵਿੱਚ ਕੀ ਸੀ ਵੰਡੇ ਗਏ ਸੀ ਠੀਕ ਹੈ ਨੈਕਸਟ ਕੁਐਸ਼ਨ ਹੈ ਸਿੱਖ ਕਿਹੜੇ ਭਾਗਾ ਵਿੱਚ ਵੰਡੇ ਗਏ ਸਨ ਤਤ ਖਾਲਸਾ ਵਿੱਚ ਬੰਦਈ ਖਾਲਸਾ ਦੇ ਵਿੱਚ ਦੋਵੇਂ ਜਾਂ ਕੋਈ ਵੀ ਨਹੀਂ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਦੋਵੇਂ ਕਿ ਜਿਹੜੇ ਸਿੱਖ ਸੀ ਉਹ ਕੀਏ ਦੋ ਭਾਗਾ ਵਿੱਚ ਵੰਡੇ ਚਾਰ ਭਾਗਾ ਵਿੱਚ ਵੰਡੇ ਗਏ ਸੀ ਠੀਕ ਹੈ ਕਿੰਨੇ ਭਾਗਾ ਵਿੱਚ ਵੰਡੇ ਗਏ ਸੀ ਚਾਰ ਭਾਗਾ ਦੇ ਵਿੱਚ ਕੀ ਹੈ ਵੰਡੇ ਗਏ ਸੀ ਕਿਹੜੇ-ਕਿਹੜੇ ਤਤ ਖਾਲਸਾ ਤੇ ਬੰਦਈ ਖਾਲਸਾ ਠੀਕ ਹੈ ਨੈਕਸਟ ਅੱਗੇ ਤਤਖਾਲਸਾ ਦੇ ਲੋਕ ਕਿਸ ਨੂੰ ਮੰंदे ਸਨ ਬੰਦਾ ਬਹਾਦਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੋਵੇਂ ਜਾਂ ਕੋਈ ਵੀ ਨਹੀਂ ਔਰ ਜੇディ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿ ਤਤਖਾਲਸਾ ਦੇ ਲੋਕ ਕਿਹਨੂੰ ਮੰंदे ਸੀ ਗੁਰੂ ਗ੍ਰੰਥ ਸਾਹਿਬ ਨੂੰ ਠੀਕ ਹੈ ਨੈਕਸਟ ਅੱਗੇ ਆਪਣੇ ਕੋਲ 17th ਕੁਐਸਚਨ ਹੈ ਬੰਦੀ ਖਾਲਸਾ ਦੇ ਲੋਕ ਕਿਸ ਨੂੰ ਮੰंदे ਸਨ ਬੰਦਾ ਬਹਾਦਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ

ਤਤਖਾਲਸਾ ਦੇ ਲੋਕਾਂ ਦਾ ਭੋਜਨ ਕਿਹੋ ਜਿਹਾ ਸੀ ਸ਼ਾਕਾਹਾਰੀ ਵੀ ਸੀ ਤੇ ਮਾਸਾਹਾਰੀ ਵੀ ਸੀ ਠੀਕ ਹੈ ਨੈਕਸਟ ਹੈ ਬੰਦਈ ਖਾਲਸਾ ਦੇ ਲੋਕਾਂ ਦਾ ਭੋਜਨ ਕਿਹੋ ਜਿਹਾ ਸੀ ਮਾਸਾਹਾਰੀ ਸ਼ਾਕਾਹਾਰੀ ਦੋਵੇਂ ਜਾਂ ਕੋਈ ਵੀ ਨਹੀਂ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਸ਼ਾਕਾਹਾਰੀ ਕੀ ਬੰਦਈ ਖਾਲਸਾ ਦੇ ਲੋਕਾਂ ਦਾ ਭੋਜਨ ਕਿਹੋ ਜਿਹਾ ਸੀ ਸ਼ਾਕਾਹਾਰੀ ਸੀ ਔਰ ਤਤਖਾਲਸਾ ਦੇ ਲੋਕਾਂ ਦਾ ਭੋਜਨ ਕਿਹੋ ਜਿਹਾ ਸੀ ਦੋਵੇਂ ਸੀ ਮਾਸਾਹਾਰੀ ਵੀ ਤੇ ਸ਼ਾਕਾਹਾਰੀ ਵੀ ਠੀਕ ਹੈ नैक्सट ट्वेंटी एथ क्वेश्चन है तत् खालसा के लोग किह जे कपड़े पहनते सन नीले पीले लाल या काले और राइट ऑप्शन की है नीले कि तत्त खालसा के लोग की है नीले रंग के की कपड़े पाते ठीक है नैक्सट ट्वेंटी फर्स्ट क्वेश्चन है बंदई खालसा के लोग जे कपड़े पाँदे सन काले लाल पीला या नीला और ये राइट ऑप्शन की है लाल कि बंदई खालसा के लोग की है लाल रंग के कपड़े पाँदे सी ਠੀਕ ਹੈ ਔਰ ਸੈਕਿੰਡ ਦੂਸਰਾ ਕਿਹੜਾ ਸੀ ਤਤਖਾਲਸ ਦੇ ਲੋਕ ਕਿਹੋ ਜੇ ਕੱਪੜੇ ਪਾਉਂਦੇ ਸੀ ਨੀਲੇ ਪਾਉਂਦੇ ਸੀ ਠੀਕ ਹੈ ਮਿਕਸਡ ਹੈ ਤਤਖਾਲਸ ਦੇ ਲੋਕਾਂ ਦਾ ਨਾਰਾ ਕੀ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਦਰਸਲ ਫਤਿਹ ਤਰਮ ਦੋਵੇਂ ਜਾਂ ਕੋਈ ਵੀ ਨਹੀਂ ਔਰ ਇਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਸੀ ਤਤਖਾਲਸ ਜੀ ਦੇ ਲੋਕਾਂ ਦਾ ਨਾਰਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਠੀਕ ਹੈ ਨੈਕਸਟ ਹੈ ਬੰਦਈ ਖਾਲਸਾ ਦੇ ਲੋਕਾਂ ਦਾ ਨਾਰਾ ਕੀ ਸੀ ਫਸਟ ਆਪਸ਼ਨ ਹੈ ਆਪਣੇ ਕੋਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਦਰਸ਼ਨ ਫਤਿਹ ਧਰਮ ਦੋਵੇਂ ਜਾਂ ਕੋਈ ਵੀ ਨਹੀਂ ਅਰੇ ਇਹਦੀ ਰਾਈਟ ਆਪਸ਼ਨ ਕੀ ਹੈ ਇਹਦੀ ਰਾਈਟ ਆਪਸ਼ਨ ਆਪਣੇ ਕੋਲ ਫਤਿਹ ਦਰਸ਼ਨ ਫਤਿਹ ਧਰਮ ਕੀ ਬੰਦਈ ਖਾਲਸਾ ਦਾ ਕੀ ਨਾਰਾ ਸੀ ਉਹਦਾ ਨਾਰਾ ਸੀ ਫਤਿਹ ਦਰਸ਼ਨ ਫਤਿਹ ਧਰਮ ਔਰ ਤਤਖਾਲਸਾ ਦੇ ਲੋਕਾਂ ਦਨਾਰਾ ਕਿਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਠੀਕ ਹੈ ਨੈਕਸਟ ਹੈ ਸਦੋ ਪੰਜਾਬ ਦੇ ਹਾਲਾਤਾਂ ਵਿੱਚ ਤਬਦੀਲੀ ਔਣੀ ਸ਼ੁਰੂ ਹੋਈ ਸੀ 1721 ਈਸਵੀ ਦੇ ਵਿੱਚ 1723 ਈਸਵੀ ਦੇ ਵਿੱਚ 1720 ਈਸਵੀ ਦੇ ਵਿੱਚ ਇਹ 1724 ਈਸਵੀ ਦੇ ਵਿੱਚ ਔਰ ਇਹਦੀ ਰਾਈਟ ਆਪਸ਼ਨ ਸੀ 1720 ਈਸਵੀ ਦੇ ਵਿੱਚ ਕੀ ਸੀ ਪੰਜਾਬ ਦੇ ਹਾਲਾਤਾਂ ਵਿੱਚ ਕੀ ਤਬਦੀਲੀ ਔਣੀ ਕੀ ਸੀ ਸ਼ੁਰੂ ਹੋਗੀ ਸੀ ਠੀਕ ਹੈ ਨੈਕਸਟ ਅਗੇ 25th ਕੁਐਸਚਨ ਹੈ ਕਿ ਕੰਧ ਨੇ ਸਿੱਖਾਂ ਦੇ ਕਿਹੜੇ ਭਾਗ ਫਿਰ ਤੋਂ ਇੱਕ ਹੋ ਗਏ ਸਨ ਤਤਖਾਲਸਾ ਬੰਦਈ ਖਾਲਸਾ ਦੋਵੇਂ ਜਾਂ ਇਹਨਾਂ ਚੋਂ ਕੋਈ ਵੀ ਨਹੀਂ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਦੋਵੇਂ ਕਿ ਸਿੱਖਾਂ ਦੇ ਕਿਹੜੇ ਭਾਗ ਦੇ ਫਿਰ ਤੋਂ ਇੱਕ ਹੋ ਗਏ ਸੀ ਤਤਖਾਲਸਾ ਤੇ ਬੰਦਈ ਖਾਲਸਾ ਕੀ ਹੈ ਦੋਵੇਂ ਠੀਕ ਹੈ ਨੈਕਸਟ ਹੈ ਸਿੱਖਾਂ ਦੇ ਇਹਨਾਂ ਭਾਗਾਂ ਵਿੱਚ ਕਿਸ ਨੇ ਸਮਝੌਤਾ ਕਰਵਾਇਆ ਸੀ ਕਪੂਰ ਸਿੰਘ ਨੇ ਭਾਈ ਗੁਰਦਾਸ ਸਿੰਘ ਨੇ ਭਾਈ ਵੀਰ ਸਿੰਘ ਜੀ ਨੇ ਔਰ ਭਾਈ ਮਨੀ ਸਿੰਘ ਜੀ ਨੇ ਔਰੇ ਦੀ ਰਾਈਟ অপਸ਼ਨ ਕੀ ਹੈ ਭਾਈ ਮਨੀ ਸਿੰਘ ਨੇ ਕੀ ਕਹਿੰਦੇ ਨੇ ਕਿ ਸਿੱਖਾਂ ਦੇ ਦੋ ਭਾਗ ਸੀ ਠੀਕ ਹੈ ਕਿਹੜੇ ਕਿਹੜੇ ਬੰਦੇ ਹੀ ਖਾਲਸਾ ਤੇ ਤਤਖਾਲਸਾ ਇਹਨਾਂ ਦੋਨਾਂ ਚ ਕਿਹਨਾਂ ਨੇ ਸਮਝੌਤਾ ਕਰਾਇਆ ਸੀ ਭਾਈ ਮਨੀ ਸਿੰਘ ਜੀ ਨੇ ਕੀ ਕਰਵਾਇਆ ਸੀ ਦੋਨਾਂ ਭਾਗਾਂ ਵਿਚਕਾਰ ਕੀ ਸਮਝੌਤਾ ਠੀਕ ਹੈ ਨੈਕਸਟ 27th ਕੁਐਸਚਨ ਹੈ भाई मनी सिंह जी ने कदों इन समझौता करवाया करवाया किन्ने मनी सिंह जी ने कदों करवाया सतारा सौ इक्की ईस्वी के सतारा सौ बई ईस्वी के सतारा सौ चौंती ईस्वी के सतारा सौ तेईस्वी और ये राइट ऑप्शन की है सतारा सौ इक्की ईस्वी के कहें भाई मनी सिंह जी ने समझौता करवाया कदों करवाया सतारा सौ इक्कीस ईस्वी के ठीक है नैक्सट है ਕਿੱਥੇ ਤਤਖਾਲਸਾ ਤੇ ਬੰਦਈ ਖਾਲਸਾ ਵਿੱਚ ਸਮਝੌਤਾ ਹੋ ਗਿਆ ਸੀ ਕਿਹੜੀ ਜਗ੍ਹਾ ਤੇ ਤਤਖਾਲਸਾ ਤੇ ਬੰਦਈ ਖਾਲਸਾ ਵਿੱਚ ਸਮਝੌਤਾ ਹੋ ਗਿਆ ਸੀ ਅਨੰਦਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੀਰਤਪੁਰ ਦੇ ਵਿੱਚ ਜਾਂ ਕਰਤਾਰਪੁਰ ਦੇ ਵਿੱਚ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਅੰਮ੍ਰਿਤਸਰ ਦੇ ਵਿੱਚ ਕੀ ਕਿਹਨੇ ਕਰਵਾਇਆ ਸੀ ਸਮਝੌਤਾ ਭਾਈ ਮਨੀ ਸਿੰਘ ਜੀ ਨੇ ਕਦੋਂ 1721 ਵੀ ਦੇ ਵਿੱਚ ਔਰ ਕਿੱਥੇ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਨੈਕਸਟ ਅਗੇ 29th ਕੁਐਸਚਨ ਹੈ ਆਪਣੇ ਕੋਲ ਜਦੋਂ ਤਤ ਖਾਲਸਾ ਤੇ ਬੰਦਾਈ ਖਾਲਸਾ ਵਿੱਚ ਸਮਝੌਤਾ ਹੋਇਆ ਉਹ ਕਿਹੜਾ ਦਿਨ ਸੀ ਇਕਾदशी ਦਿਵਾਲੀ ਵਿਸਾਖੀ ਜਾਂ ਲੋੜੀ ਪਰ ਇਹਦੀ ਰਾਈਟ ਆਪਸ਼ਨ ਕੀ ਹੈ ਵਿਸਾਖੀ ਕਿ ਜਦੋਂ ਤਤ ਖਾਲਸਾ ਤੇ ਬੰਦਾਈ ਖਾਲਸਾ ਵਿੱਚ ਸਮਝੌਤਾ ਹੋਇਆ ਸੀ ਉਹ ਦਿਨ ਕਿਹੜਾ ਸੀ ਵਿਸਾਖੀ ਦਾ ਦਿਨ ਸੀ ਠੀਕ ਹੈ ਨੈਕਸਟ 30th ਕੁਐਸਚਨ ਹੈ ਸਿੱਖਾਂ ਨੂੰ ਕਿੰਨੇ ਕਿੰਨੇ ਦੇ ਜੱਥੇ ਬਣਾਏ ਸਨ 50 50 ਦੇ 2 200 ਦੇ 1.5 100 ਦੇ ਜਾਂ 100 100 ਦੇ ਅਰੇ ਦੀ ਰਾਈਟ ਆਪਸ਼ਨ ਕੀ ਹੈ 100 100 ਦੇ ਕੀ ਸਿੱਖਾਂ ਨੇ ਕਿੰਨੇ ਕਿੰਨੇ ਦੇ ਜੱਥੇ ਬਣਾਏ ਸੀ 100 100 ਦੇ ਠੀਕ ਹੈ ਨੈਕਸਟ ਹੈ ਇਨ੍ਹਾਂ ਜੱਥਿਆਂ ਨੇ ਅੱਗੇ ਜਾ ਕੇ ਕਿਸ ਦਾ ਰੂਪ ਧਾਰਨ ਕਰ ਲਿਆ ਸੀ ਦਲ ਖਾਲਸਾ ਮਿਸਲਾ ਦੋਵੇਂ ਜਾਂ ਕੋਈ ਵੀ ਨਹੀਂ ਅਰੇ ਦੀ ਰਾਈਟ ਆਪਸ਼ਨ ਕੀ ਹੈ ਦੋਵੇਂ ਕਿ ਜਿਹੜੇ ਉਹਨਾਂ ਨੇ ਜੱਥੇ ਬਣਾਏ ਸੀ ਸੋ ਸੋ ਮੈਮਰਾ ਦੇ ਉਹਨਾਂ ਨੇ ਅੱਗੇ ਜਾ ਕੇ ਕਿਸ ਦਾ ਰੂਪ ਧਾਰਨ ਕਰ ਲਿਆ ਸੀ ਦਾਲ ਖਾਲਸਾ ਦਾ ਤੇ ਮਿਸਲਾਂ ਦਾ ਮਤਲਬ ਦੋਨਾਂ ਦਾ ਠੀਕ ਹੈ ਸਮਝ ਆਈ ਨੈਕਸਟ ਅੱਗੇ 32ਵਾਂ ਕੁਐਸਚਨ ਹੈ ਆਪਣੇ ਕੋਲ ਸਿੱਖਾਂ ਨੇ ਜੱਥੇ ਕਿਉਂ ਬਣਾਏ ਸਨ ਜ਼ੁਲਮਾਂ ਤੋਂ ਬਚਣ ਲਈ ਮੁਗਲਾਂ ਦੀ ਲੁੱਟ ਖੋ ਤੋਂ ਬਚਣ ਲਈ ਦੋਵੇਂ ਜਾਂ ਕੋਈ ਵੀ ਨਹੀਂ ਅਰੇ ਦੀ ਰਾਈਟ ਆਪਸ਼ਨ ਕੀ ਹੈ ਦੋਵੇਂ ਕਿ ਸਿੱਖਾਂ ਨੇ ਜਿਹੜੇ ਜਥੇ ਬਣਾਈ ਸੀ ਕਿਉਂ ਬਣਾਈ ਸੀ ਜੁਲਮਾਂ ਤੋਂ ਬਚਣ ਲਈ ਤੇ ਮੁਗਲਾਂ ਦੀ ਲੁੱਟ ਖੋਹ ਤੋਂ ਕੀ ਹੈ ਬਚਣ ਲਈ ਤਾਂ ਕਰਕੇ ਉਹਨਾਂ ਨੇ ਕੀ ਸੀ ਜਥੇ ਬਣਾਏ ਸੀ ਠੀਕ ਹੈ ਨੈਕਸਟ ਹੈ ਅਬਦੁੱਲ ਸਮਦ ਖਾਨ ਨੂੰ ਕਿਉਂ ਪੰਜਾਬ ਦੀ ਗਵਰਨਰਰੀ ਤੋਂ ਹਟਾ ਦਿੱਤਾ ਗਿਆ ਸੀ ਬੁੱਢਾ ਹੋ ਗਿਆ ਸੀ ਸਿੱਖ ਖਤਰਨਾਕ ਹੋ ਗਏ ਸਨ ਦੋਵੇਂ ਜਾਂ ਕੋਈ ਵੀ ਨਹੀਂ ਔਰ ਜੇ ਰਾਈਟ ਆਪਸ਼ਨ ਹੈ ਦੋਵੇਂ ਕਿਉਂਕਿ ਉਹ ਬੁੱਢਾ ਵੀ ਹੋ ਗਿਆ ਸੀ ਸਿੱਖ ਖਤਰਨਾਕ ਹੋ ਗਏ ਸਨ ਤਾ ਕਰਕੇ ਕੀ ਸੀ ਅਬਦੁਲ ਸਮਦ ਖਾਨੂ ਪੰਜਾਬ ਦੀ ਗਵਰਨਰਰੀ ਤੋਂ ਕੀ ਹਟਾ ਦਿੱਤਾ ਗਿਆ ਸੀ ਠੀਕ ਹੈ ਔਰ ਉੱਪਰ ਇੱਕ ਕੁਐਸਚਨ ਸੀਗਾ 14th ਕੁਐਸਚਨ ਜਿਹਦੇ ਵਿੱਚ ਕੀ ਸੀ ਕਿ ਸਿੱਖ ਕਿੰਨੇ ਭਾਗਾ ਵਿੱਚ ਵੰਡੇ ਗਏ ਸਨ ਇਹਦੀ ਰਾਈਟ ਆਪਸ਼ਨ ਇਹਦੀ ਸ਼ਾਇਦ ਮੈਂ ਤੁਹਾਨੂੰ ਆਪਸ਼ਨ ਇਹਦੀ ਮੈਂ ਤੁਹਾਨੂੰ ਸੈਕਿੰਡ ਟਿੱਕ ਕਰਵਾਈ ਸੀ ਪਰ ਇਹਦੀ ਰਾਈਟ ਆਪਸ਼ਨ ਹੈ फोर्थ ਕੀ ਸਿੱਖਾਂ ਨੂੰ ਦੋ ਭਾਗਾ ਵਿੱਚ ਵੰਡਿਆ ਗਿਆ ਸੀ ਤਤ ਖਾਲਸਾ ਦੇ ਵਿੱਚ ਔਰ ਕੀ ਹੈ ਬੰਦੇਈ ਖਾਲਸਾ ਦੇ ਵਿੱਚ ਠੀਕ ਹੈ ਸੋਰੀ ਉਹ ਤਾ ਕਰਕੇ ਹੁਣ ਇਹਦੀ ਰਾਈਟ ਆਪਸ਼ਨ ਕੀ ਹੈ 4th 2 ਸਿੱਖਾਂ ਨੂੰ ਦੋ ਪਾਗਾਂ ਦੇ ਵਿੱਚ ਕੀ ਸੀ ਵੰਡਿਆ ਗਿਆ ਸੀ ਠੀਕ ਹੁਣ ਨੈਕਸਟ ਆਪਾਂ ਅੱਗੇ ਕਰਦੇ ਹਾਂ ਜਕਰੀਆ ਖਾਂ ਜਕਰੀਆ ਖਾਂ ਪੰਜਾਬ ਦਾ ਗਵਰਨਰ ਕਦੋਂ ਸੀ 1726 ਈਸਵੀ ਦੇ ਵਿੱਚ 1725 ਈਸਵੀ ਦੇ ਵਿੱਚ 1727 ਈਸਵੀ ਦੇ ਵਿੱਚ ਜਾਂ 1728 ਈਸਵੀ ਦੇ ਵਿੱਚ ਔਰ ਇਹਦੀ ਰਾਈਟ ਆਪਸ਼ਨ ਕੀ ਹੈ 1726 ਈਸਵੀ ਦੇ ਵਿੱਚ ਕੀ ਜਕਰੀਆ ਖਾਂ ਪੰਜਾਬ ਦਾ ਗਵਰਨਰ ਕਦੋਂ ਸੀ 1700 26 ਇਸਵੀ ਦੇ ਵਿੱਚ ਠੀਕ ਹੈ ਪਹਿਲਾ ਆਪਾਂ ਕਿਦੇ ਬਾਰੇ ਪੜਿਆ ਅਬਦੁੱਲ ਸਮਦ ਖਾਦੇ ਉਹ ਕਦੋਂ ਸੀ 1715 ਦੇ ਵਿੱਚ ਕੀ ਬਣਿਆ ਸੀ ਗਵਰਨਰ ਬਣਿਆ ਸੀ ਔਰ ਜਿਹੜਾ ਜਕਰੀਆ ਖਾ ਸੀ ਉਹ ਦਾ ਬੇਟਾ ਸੀ ਉਹ ਕਦੋਂ ਗਵਰਨਰ ਬਣਿਆ ਸੀ 1726 ਇਸਵੀ ਦੇ ਵਿੱਚ ਕਦੋਂ ਤੱਕ ਗਵਰਨਰ ਰਿਹਾ ਸੀ 1740 ਇਸਵੀ ਦੇ ਵਿੱਚ 1745 ਇਸਵੀ ਤੱਕ 1742 ਇਸਵੀ ਤੱਕ 1749 ईस्वी तक और यदि राइट ऑप्शन की है 1745 ईस्वी तक की वो पंजाब का गवर्नर रियासी। ਉਹਨਾਂ ਦੇ ਪਿਤਾ ਦੀ ਗੱਲ ਕਰੀਏ अब्दुल समद ਖਾ ਕਦੋਂ ਗਵਰనర్ ਬਣਿਆ ਸੀ 1715 ईस्वी ਦੇ ਵਿੱਚ ਕਦੋਂ ਤੱਕ ਬਣਿਆ ਸੀ 1726 ईस्वी तक और ਉਸ ਟਾਈਮ ਮੁਗਲ કોਨ ਸੀ ਫੁਰਖਸ਼ੀਰ ਤੇ ਮੁਹੰਮਦ शाह रंगीला ठीक है ਉਸ ਤੋਂ ਬਾਅਦ ਹੁਣ ਗੱਲ ਕੀ ਨਹੀਂ ਹੁੰਦੀ ਪਈਏ जक्रिया ਖਾ ਦੀ ਪੰਜਾਬ ਦਾ ਗਵਰਨਰ ਕਦੋਂ ਬਣਿਆ ਸੀ 1726 ਦੇ ਵਿੱਚ ਠੀਕ ਹੈ ਕਦੋਂ ਤੱਕ ਰਿਹਾ ਸੀ 1745 ਵੀ ਤੱਕ ਰਿਹਾ ਸੀ ਠੀਕ ਹੈ ਜਕਰੀਆ ਖਾਨ ਦੇ ਸਮੇਂ ਮੁਗਲ ਬਾਦਸ਼ਾਹ ਕਿਹੜਾ ਸੀ ਔਰੰਗਜ਼ੇਬ ਬਹਾਦਰ ਸ਼ਾ ਮੁਹੰਮਦ ਸ਼ਾ ਰੰਗੀਲਾ ਜਾਂ ਫਰੂਕਸੀਅਰ ਅਰੇ ਦੀ ਰਾਈਟ ਆਪਸ਼ਨ ਕੀ ਹੈ ਮੁਹੰਮਦ ਸ਼ਾ ਰੰਗੀਲਾ ਕੀ ਜਕਰੀਆ ਖਾਨ ਦੇ ਸਮੇਂ ਮੁਗਲ ਬਾਦਸ਼ਾਹ ਕੌਣ ਸੀ ਮੁਹੰਮਦ ਸ਼ਾ ਰੰਗੀਲਾ ਠੀਕ ਹੈ ਨੈਕਸਟ ਹੈ जकरिया खादे दे किन्ने पुत्र सन एक तीन चार या दो और राइट अपने को अपने को जक्रिया खा की सी दो पुतर सन अब्दुल समद खां का एक पुत्र जक्रिया खां अगे जकरिया खादे दो पुत्र सी ठीक है किन्ने पुत्र क्वेश्चन है जकरिया खा के नाम की सन शाहनवाज यिया खां दोवें

समद खां कि जकरिया खां पिता का नाम की सी अब्दुल समद खां अगे जकरिया खां दो पुत्र सी शाह नवाज ते यैया खां ठीक है नेक्स्ट क्वेश्चन है सैवंथ जकरिया खां ने किड़ी उपाधि धारण की सी खान बहादुर दी राजदी तलवार बहादुर या कोड़ामल और ये राइट ऑप्शन की है खान बहादुर की जकरिया खान ने खान बहादुर दी की है जड़ी उपाधि की है धारण की सी ठीक है नेक्स्ट क्वेश्चन है जकरिया खा के हो जाए शासक सी अतर्मी जुलमी दयालु या कुछ भी नहीं और यदि राइट ऑप्शन की है जुलमी कि जेड़ा जक्रिया खा सी कि शासक सी जुलमी शासक सी ठीक है नेक्स्ट है नाइन क्वेश्चन जकरिया खा ने किस के कहते सिखा के विरुद्ध फरमान जारी किए बहादुर शाह दे फरूकसीयर दे मुहम्मद शाह रंगीला दे या औरंगजेब दे और यदि राइट ऑप्शन की है मुहम्मद शाह रंगीला दे कैन ते जकरिया खान ने सिखा विरुद्ध की फरमान जारी किए सी ठीक है नेक्स्ट है टेंथ क्वेश्चन जकरिया खान ने किसी भी सिख की जानकारी देन तो किन्ने पैसे देने का फरमान जारी सी किया ती चाली या दस और यदि राइट ऑप्शन की है दस कि जकरिया खान ने किसी भी सिख दे अगर कोई भी सिख की जानकारी देगा ਕਿੰਨੇ 10 ਰੁਪਏ ਦੇਣ ਦਾ ਕੀ ਉਹਨੇ ਕੀ ਫਰਮਾਨ ਜਾਰੀ ਕੀਤਾ ਸੀ ਠੀਕ ਹੈ ਨੈਕਸਟ ਹੈ ਜਕਰੀਆ ਖਾਨ ਨੇ ਕਿਸੇ ਵੀ ਸਿੱਖ ਦੀ ਗ੍ਰਿਫਤਾਰੀ ਕਰਵਾਉਣ ਤੇ ਕਿੰਨੇ ਰੁਪਏ ਦਾ ਕਿੰਨੇ ਰੁਪਏ ਇਨਾਮ ਤੇ ਰੱਖੇ ਸਨ 25 20 24 ਜਾਂ 3 ਅਰੇ ਦੀ ਰਾਈਟ অপਸ਼ਨ ਕੀ ਹੈ 25 ਹੁਣ ਦੋਨੋਂ ਕੁਐਸ਼ਨਸ ਕਨਫਿਊਜ਼ ਨਹੀਂ ਹੋਣਾ ਪਹਿਲੇ ਕੁਐਸ਼ਨ ਚ ਕੀ ਸੀ ਕਿ ਅਗਰ ਕੋਈ ਸਿੱਖਾਂ ਦੀ ਜਾਣਕਾਰੀ ਦੇਵੇਗਾ ਤਾਂ ਕਿੰਨੇ ਪੈਸੇ ਦਾ ਫਰਮਾਨ ਜਾਰੀ ਕੀਤਾ ਸੀ 10 روپے ਦਾ ਹੁਣ ਸੈਕਿੰਡ ਕੁਐਸ਼ਨ ਹੈ ਕਿ ਅਗਰ ਉਹ ਕੋਈ ਵੀ ਕਿਸੇ ਵੀ ਸਿੱਖ ਦੀ ਗ੍ਰਿਫਤਾਰੀ ਕਰਵਾਏਗਾ ਤਾਂ ਉਹਨੂੰ ਕਿੰਨੇ ਰੁਪਏ ਮਿਲਣਗੇ 25 ਰੁਪਏ ਮਿਲਣਗੇ ਠੀਕ ਹੈ ਕਨਫਿਊਜ਼ ਨਹੀਂ ਹੋਣਾ ਦੋਨੋਂ ਕੁਐਸ਼ਨਸ ਨੈਕਸਟ ਹੈ ਜੇਕਰ ਕੋਈ ਆਪ ਕਿਸੇ ਵੀ ਸਿੱਖ ਨੂੰ ਗ੍ਰਿਫਤਾਰ ਕਰਕੇ ਭੇਜਦਾ ਹੈ ਤਾਂ ਉਸਨੂੰ ਕਿੰਨੇ ਰੁਪਏ ਦੇਣ ਦਾ ਵਾਅਦਾ ਜਕਰੀਆ ਖਾਨ ਨੇ ਕੀਤਾ ਸੀ 60 50 70 ਜਾਂ 80 ਔਰ ਇਹਦੀ ਰਾਈਟ ਆਪਸ਼ਨ ਕੀ ਹੈ 50 ਕੀ ਅਗਰ ਕੋਈ ਵੀ ਸਿੱਖ ਕਿਸੇ ਵੀ ਸਿੱਖ ਨੂੰ ਅਗਰ ਕੋਈ ਆਪ ਕਿਸੇ ਵੀ ਸਿੱਖ ਨੂੰ ਗ੍ਰਿਫਤਾਰ ਕਰਕੇ ਭੇਜਦਾ ਹੈ ਤਾਂ ਉਸ ਨੂੰ 50 ਰੁਪਏ ਦੇਣ ਦਾ ਕੀ ਜਕਰੀਆ ਖਾਨ ਨੇ ਕੀ ਵਾਦਾ ਕੀਤਾ ਸੀ ਠੀਕ ਹੈ ਜੇਕਰ ਕੋਈ ਕਿਸੇ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਹੈ ਤਾਂ ਜਕਰੀਆ ਖਾਨ ਨੇ ਉਸ ਨੂੰ ਕਿੰਨੇ ਰੁਪਏ ਦੇਣ ਦਾ ਫਰਮਾਨ ਜਾਰੀ ਕੀਤਾ ਸੀ 150 200 100 ਜਾਂ 50 ਔਰ ਇਹਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ 100 ਕਿ ਜੇਕਰ ਕੋਈ ਕਿਸੇ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਹੈ ਤਾਂ ਜਕਰੀਆ ਖਾਨ ਉਸ ਨੂੰ 100 ਰੁਪਏ ਦੇਣ ਦਾ ਕੀ ਫਰਮਾਨ ਜਾਰੀ ਕੀਤਾ ਸੀ ਪਹਿਲਾ ਕੀ ਸੀ ਕਿ ਕੋਈ ਜਾਣਕਾਰੀ ਦੇਗਾ ਉਹਨੂੰ 10 ਰੁਪਏ ਮਿਲਣਗੇ ਜਿਹੜਾ ਗ੍ਰਿਫਤਾਰੀ ਕਰਾਏਗਾ ਉਹਨੂੰ 25 ਰੁਪਏ ਮਿਲਣਗੇ ਠੀਕ ਹੈ ਔਰ ਜਿਹੜਾ ਸਿੱਖ ਨੂੰ ਆਪ ਗ੍ਰਿਫਤਾਰ ਕਰਕੇ ਭੇਜਦਾ ਹੈ ਤਾਂ ਉਹਨੂੰ 50 ਰੁਪਏ ਮਿਲਣਗੇ ਜਿਹੜਾ ਉਹਦਾ ਸਿਰ ਵੱਢ ਕੇ ਲਿਆਉਂਦਾ ਤਾਂ ਉਹਨੂੰ ਕਿੰਨੇ ਰੁਪਏ ਮਿਲਣਗੇ 100 ਰੁਪਏ ਮਿਲਣਗੇ ਠੀਕ ਹੈ ਨੈਕਸਟ 14ਵਾਂ ਕੁਐਸਚਨ ਹੈ ਜਕਰੀਆ ਖਾ ਦੇ ਸਮੇਂ ਕਿੱਥੇ ਬਹੁਤ ਜ਼ਿਆਦਾ ਗਿਣਤੀ ਵਿੱਚ ਸਿੱਖ ਸ਼ਹੀਦ ਹੋਏ ਸਨ ਤਾਜਮਹਿਲ ਜਲਿਆਵਾਲਾ ਬਾਗ ਲਾਲ ਮਹਿਲ ਜਾਂ ਦਿੱਲੀ ਗੇਟ ਅਰੇ디 ਰਾਈਟ ਆਪਸ਼ਨ ਕੀ ਹੈ ਦਿੱਲੀ ਗੇਟ ਕਿ ਜਕਰੀਆ ਖਾ ਦੇ ਟਾਈਮ ਤੇ ਕੀ ਹੋਇਆ ਸੀ ਵੱਧ ਉਸਾਰੇ ਸਿੱਖ ਜਿਹੜੇ ਸਿੱਖ ਜਿਹੜੇ ਸ਼ਹੀਦ ਹੋਏ ਸੀ ਉਹ ਕਿੱਥੇ ਹੋਏ ਸੀ ਦਿੱਲੀ ਗੇਟ ਤੇ ਦਿੱਲੀ ਗੇਟ ਵਿਖੇ ਕੀ ਹੈ ਸ਼ਹੀਦ ਹੋਏ ਸਿੱਖ ਠੀਕ ਹੈ ਨੈਕਸਟ ਹੈ नैक्सट है अपने को दिल्ली गेट कितने बनया होया है लाहौर दिल्ली अमृतसर या कीरतपुर और राइट ऑप्शन की है लाहौर कि ये दिल्ली, एक होया है? है. दिल्ली गेट है लाहौर नैक्सट क्वेश्चन है लाहौर देट का ना कि पै गया साल रंग शहीदगंज लालगंज या कलगा कतलगाह और राइट ऑप्शन की है शहीदगंज कि जहरा लाहौर का दिल्ली गेट से मतलब ਜਿੱਥੇ ਕੀ ਹੈ ਸਭ ਤੋਂ ਜ਼ਿਆਦਾ ਸਿੱਖ ਸ਼ਹੀਦ ਹੋਈ ਸੀ ਜਕਰੀਆ ਖਾਨ ਦੇ ਟਾਈਮ ਤੇ ਉਹਦਾ ਨਾਮ ਕੀ ਸੀ ਦਿੱਲੀ ਗੇਟ ਕਿੱਥੇ ਸੀ ਲਾਹੌਰ ਚ ਔਰ ਲਾਹੌਰ ਦੇ ਦਿੱਲੀ ਗੇਟ ਦਾ ਨਾਂ ਕੀ ਪੈ ਗਿਆ ਸੀ ਸ਼ਹੀਦ ਗੰਜ ਠੀਕ ਹੈ ਨੈਕਸਟ ਕੁਐਸ਼ਨ ਹੈ ਜਕਰੀਆ ਖਾਨ ਦੇ ਸਮੇਂ ਸਭ ਤੋਂ ਪਹਿਲਾਂ ਕਿਸ ਦੀ ਸ਼ਹੀਦੀ ਹੋਈ ਸੀ ਭਾਈ ਮਣੀ ਸਿੰਘ ਭਾਈ ਬੋਤਾ ਸਿੰਘ ਤਾਰਾ ਸਿੰਘ ਵਾ ਜਾਂ ਕੀ ਇਹ ਮਹਿਤਾਬ ਸਿੰਘ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਤਾਰਾ ਸਿੰਘ ਵਾ ਕੀ ਜਕਰੀਆ ਖਾਦੇ ਸਮੇ ਸਭ ਤੋਂ ਪਹਿਲਾਂ ਕਿਸ ਦੀ ਸ਼ਹੀਦੀ ਹੋਈ ਸੀ ਤਾਰਾ ਸਿੰਘ ਵਾਹ ਦੀ ਠੀਕ ਹੈ ਨੈਕਸਟ ਤਾਰਾ ਸਿੰਘ ਵਾ ਕਿਸ ਪਿੰਡ ਦਾ ਰਹਿਣ ਵਾਲਾ ਸੀ ਜੇਤੂ ਵਾਲੀ ਤਾਰਾ ਯਵਾਂ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਵਾਹ ਕਿ ਜਿਹੜਾ ਤਾਰਾ ਸਿੰਘ ਵਾ ਸੀ ਜਿਹੜਾ ਜਕਰੀਆ ਖਾਦੇ ਸਮੇ ਸਭ ਤੋਂ ਪਹਿਲਾਂ ਸ਼ਹੀਦ ਹੋਇਆ ਸੀ ਉਹ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਉਹ ਸੀ ਵਾ ਪਿੰਡ ਦਾ ਰਹਿਣ ਵਾਲਾ ਸੀ ਨੈਕਸਟ 19ਵਾਂ ਕੁਐਸਚਨ ਹੈ ਆਪਣੇ ਕੋਲ ਕੀ ਇਹ ਵਾ ਪਿੰਡ ਕਿਹੜੇ ਜ਼ਿਲ੍ਹੇ ਵਿੱਚ ਹੈ ਅੰਮ੍ਰਿਤਸਰ ਅਨੰਦਪੁਰ ਕੀਰਤਪੁਰ ਜਾਂ ਕਰਤਾਰਪੁਰ ਅਰੇ ਦੀ ਰਾਈਟ ਆਪਸ਼ਨ ਕੀ ਹੈ ਅੰਮ੍ਰਿਤਸਰ ਕਿ ਇਹ ਵਾ ਪਿੰਡ ਕਿਹੜੇ ਜ਼ਿਲ੍ਹੇ ਵਿੱਚ ਹੈ ਅੰਮ੍ਰਿਤਸਰ ਵਿੱਚ ਤਰਨਤਾਰਨ ਦੇ ਅੱਗੇ ਇੱਕ ਪਿੰਡ ਹੈ ਤਾਰਾ ਸਿੰਘ ਵਾ ਕਿੱਥੇ ਹੈ ਜ਼ਿਲ੍ਹਾ ਕੀ ਹੈ ਅੰਮ੍ਰਿਤਸਰ ਔਰ ਤਰਨਤਾਰਨ ਦੇ ਵਿੱਚ ਇਹ ਪਿੰਡ ਹੈ ਤਾਰਾ ਸਿੰਘ ਵਾ ਠੀਕ ਹੈ ਨੈਕਸਟ ਅੱਗੇ 20th ਕੁਐਸਚਨ ਹੈ ਆਪਣੇ ਕੋਲ ਕਿ ਤਾਰਾ ਸਿੰਘ ਵਾ ਕੀ ਕੰਮ ਕਰਦਾ ਸੀ व्यापार पशुपालन खेती या नौकरी और राइट की है खेती की तारा वह की काम करता है खेतों कुत्ता मज़ या घोड़ी और एट ऑप्शन की है घोड़ी की तारा सिंह वाहतों घोड़ी की है वर्म करते खेती का काम की है करते ठीक है ਨੈਕਸਟ ਹੈ ਤਾਰਾ ਸਿੰਘ ਵਾਰ ਦੇ ਖੇਤ ਵਿੱਚ ਵੜਨ ਵਾਲੀ ਘੋੜੀ ਕਿਸ ਦੀ ਸੀ ਜਿਹੜੀ ਘੋੜੀ ਉਹਦੇ ਖੇਤਾ ਵਿੱਚ ਵੜ ਜਾਂਦੀ ਸੀ ਉਹ ਕਿਸ ਦੀ ਸੀ ਚੌਧਰੀ ਸਾਹਿਬ ਰਾਏ ਦੀ ਚੌਧਰੀ ਰਹਿਮਤ ਅਲੀ ਦੀ ਲਖਪਤ ਰਾਏ ਦੀ ਜਾਂ ਦਾਸ ਰਾਏ ਦੀ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਚੌਧਰੀ ਸਾਹਿਬ ਰਾਏ ਦੀ ਕਿ ਤਾਰਾ ਸਿੰਘ ਦੇ ਖੇਤਾ ਵਿੱਚ ਜਿਹੜੀ ਘੋੜੀ ਵੜ ਜਾਂਦੀ ਸੀ ਉਹਦਾ ਨਾਮ ਕੀ ਸੀ ਉਹ ਕਿਹਦੇ ਮਤਲਬ ਕਿਹਦੀ ਘੋੜੀ ਸੀ ਚੌਧਰੀ ਸਾਹਿਬ ਰਾਏ ਦੀ ਠੀਕ ਹੈ ਨੈਕਸਟ ਕੁਐਸਚਨ ਹੈ ਤਾਰਾ ਸਿੰਘ ਬਾਹ ਨੇ ਗੁੱਸੇ ਵਿੱਚ ਆ ਕੇ ਕਿਸ ਨੂੰ ਵੇਚ ਦਿੱਤਾ ਸੀ ਕੋਠੀ ਕੋੜੀ ਹਵੇਲੀ ਜਾਂ ਘਾਰ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਕਿ ਉਹਨਾਂ ਨੇ ਕੀ ਕਿ ਗੁੱਸੇ ਵਿੱਚ ਆ ਕੇ ਕਿਸ ਨੂੰ ਵੇਚ ਦਿੱਤਾ ਸੀ ਔਰ ਇਹਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ ਕੋੜੀ ਕਿ ਤਾਰਾ ਸਿੰਘ ਬਾਹ ਨੇ ਗੁੱਸੇ ਵਿੱਚ ਆ ਕੇ ਕਿਸ ਨੂੰ ਵੇਚ ਦਿੱਤਾ ਸੀ ਕੋੜੀ ਨੂੰ ਵੇਚ ਦਿੱਤਾ ਸੀ ਔਰ ਕੋੜੀ ਨੂੰ ਵੇਚ ਕੇ ਜਿਹੜੇ ਪੈਸੇ ਮਿਲੇ ਸੀ ਉਹ ਉਹਨਾਂ ਨੇ ਕਿੱਥੇ ਪਾ ਦਿੱਤੇ ਸੀ गुलक दे वेच पाते सी ठीक है नेक्स्ट क्वेश्चन है चौधरी साहिब ने फिर किस तो तू मददगी मुहमद शाह रंगीला खा तो शाहनवाज खा तो या जकरिया खा तो और राइट ऑप्शन की है जक्रिया खा तो कि चौधरी साहिब ने फिर मदद कि तो जक्रिया खा तो ठीक है नैक्सट पचीव क्वेश्चन है तारा सिंह वाह कद शहीद किया गया 1725 ਇਸਵੀ ਦੇ ਵਿੱਚ 1726 ਇਸਵੀ ਦੇ ਵਿੱਚ 1729 ਇਸਵੀ ਦੇ ਵਿੱਚ ਜਾਂ 1724 ਇਸਵੀ ਦੇ ਵਿੱਚ ਅਰੇディ ਰਾਈਟ ਆਪਸ਼ਨ ਕੀ ਹੈ 1726 ਇਸਵੀ ਦੇ ਵਿੱਚ ਕੀ ਤਾਰਾ ਸਿੰਘ ਵਾ ਨੂੰ ਕੀ ਹੈ ਸ਼ਹੀਦ ਕੀਤਾ ਸੀ ਠੀਕ ਹੈ ਨੈਕਸਟ ਕੁਐਸ਼ਨ ਹੈ ਤਾਰਾ ਸਿੰਘ ਵਾ ਕਿਸ ਤੇ ਤਾਰਾ ਸਿੰਘ ਵਾ ਦੀ ਸ਼ਹੀਦੀ ਦਾ ਕਿਸ ਤੇ ਡੂੰਗਾ ਅਸਰ ਪਿਆ ਸੀ ਮੁਗਲ ਤੇ ਜਨਤਾ ਤੇ सिखाते या राजपूतों और यदि राइट ऑप्शन की है सिखाते कि तारा सिंह वाह की शहीद दे सब तो डूंगा असर कितने पाया सी सिक्खा के उपर कि पाया सी सब तो डूा असर पाया सी ठीक है नैक्सट क्वेश्चन है तारा सिंह वाह की शहीद तो बाद सिखा ने कि प्रणाली अपना ली सी घेराबाजी मस्तरबाजी तलवारबाजी या गोरीला और याइट ऑप्शन अपने को है गोरीला कि तारा सिंह वादी शहीद तो बाद सिखा ने गुरिल्ला प्रणाली की है अपना ली सी ठीक है नेक्स्ट क्वेश्चन है जकरिया खान ने किस तो हैदरी झंडे तो की, की मांग की सी सुबेख खां अनायत उला खां तो भीमचंद तो या यही खां तो और ये राइट ऑप्शन की है अनायत उला खां की जकरिया खां ने हैदरी झंडे की मंग की सी ठीक है नैक्सट क्वेश्चन है ਹੈਦਰੀ ਚੰਡੇ ਹੇਠ ਮੁਸਲਮਾਨ ਕਿਉਂ ਇਕੱਠੇ ਹੋਏ ਸਨ ਪਾਰਟੀ ਕਰਨ ਲਈ ਤੋ ਹਾਰਮਨ ਹੋਣ ਲਈ ਮੀਟਿੰਗ ਕਰਨ ਲਈ ਸਿੱਖਾਂ ਨੂੰ ਮਾਰਨ ਵਾਸਤੇ ਅਰੇディ ਰਾਈਟ ਆਪਸ਼ਨ ਕੀ ਹੈ ਸਿੱਖਾਂ ਨੂੰ ਮਾਰਨ ਵਾਸਤੇ ਕੀ ਕਹਿੰਦੇ ਨੇ ਕੀ ਮਤਲਬ ਹੈਦਰੀ ਚੰਡੇ ਦੀ ਕੀ ਹੈ ਹੈਦਰੀ ਚੰਡੇ ਹੇਠ ਮੁਸਲਮਾਨ ਕਿਉਂ ਇਕੱਠੇ ਹੋਏ ਸੀ ਸਿੱਖਾਂ ਨੂੰ ਮਾਰਨ ਵਾਸਤੇ ਠੀਕ ਹੈ ਔਰ ਇਹ ਜਿਹੜਾ ਸੀ ਜਕਰੀਆ ਖਾਨ ਨੇ ਕਿਸ ਤੋਂ ਹਾਦਰੀ ਚੰਡੇ ਦੀ ਮੰਗ ਕੀਤੀ ਸੀ ਅਨਾਇਤ ਉਲਾਖਾ ਤੋਂ ਔਰ ਉਥੇ ਮੁਸਲਮਾਨ ਕੋਈ ਇਕੱਠੇ ਹੋਏ ਸੀ ਸਿੱਖਾਂ ਨੂੰ ਮਾਰਨ ਵਾਸਤੇ ਠੀਕ ਹੈ ਨੈਕਸਟ ਕੁਐਸਚਨ ਹੈ ਜੇ ਜੋ ਲੋਗ ਧਰਮ ਲਈ ਲੜਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਗਾਜੀ ਸੈਨਿਕ ਧਰਮੀ ਜਾਂ ਅਧਰਮੀ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਗਾਜੀ ਕਿ ਜੋ ਲੋਗ ਧਰਮ ਲਈ ਲੜਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਗਾਜੀ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਹੈ ਕਿੰਨੇ ਅ ਕਿੰਨੇ ਸਿੱਖਾਂ ਨੇ ਮੁਸਲਮਾਨਾਂ 'ਤੇ ਹਮਲਾ ਕਰਕੇ ਮੁਸਲਮਾਨ ਮਾਰ ਦਿੱਤੇ ਸਨ 5000 8000 7000 ਜਾਂ 3000 ਅਰੇ ਦੀ ਰਾਈਟ অপਸ਼ਨ ਕੀ ਹੈ 7000 ਕੀ ਕਿੰਨੇ ਸਿੱਖਾਂ ਨੇ ਮੁਸਲਮਾਨਾਂ ਨੂੰ 'ਤੇ ਹਮਲਾ ਕਰਕੇ ਕਿੰਨੇ ਮੁਸਲਮਾਨ ਮਾਰ ਦਿੱਤੇ ਸੀ 7000 ਮੁਸਲਮਾਨ ਕੀ ਮਾਰ ਦਿੱਤੇ ਸੀ ਜਕਰੀਆ ਖਾ ਅਤੇ ਸਿੱਖਾਂ ਵਿੱਚ ਕਦੋਂ ਸਮਝੌਤਾ ਹੋ ਗਿਆ ਸੀ 1735ਵੀ ਦੇ ਵਿੱਚ 1734 ਇਸਵੀ ਦੇ ਵਿੱਚ 1732 ਇਸਵੀ ਦੇ ਵਿੱਚ ਜਾਂ 1733ਵੀ ਦੇ ਵਿੱਚ ਔਰ ਇਹਦੀ ਰਾਈਟ ਆਪਸ਼ਨ ਕੀ ਹੈ 1733ਵੀ ਦੇ ਵਿੱਚ ਕੀ ਜਕਰੀਆ ਖਾਨ ਤੇ ਸਿੱਖਾਂ ਵਿੱਚ ਕੀ ਸਮਝੌਤਾ ਹੋ ਗਿਆ ਸੀ ਠੀਕ ਹੈ ਨੈਕਸਟ ਕੁਐਸ਼ਨ ਹੈ ਜਕਰੀਆ ਖਾਨ ਨੇ ਸਿੱਖਾਂ ਨੂੰ ਕੀ ਸੁਨੇਹਾ ਭੇਜਿਆ ਸੀ ਸ਼ਾਂਤੀ ਬਣਾਉਣ ਦਾ ਹਾਰ ਮੰਨਣ ਦਾ ਕਾਰਵਾਈ ਛੱਡਣ ਦਾ ਜਾਂ ਦੁਸ਼ਮਣੀ ਦਾ ਔਰ ਇਹਦੀ ਰਾਈਟ ਆਪਸ਼ਨ ਕੀ ਹੈ ਕਾਰਵਾਈ ਛੱਡਣ ਦਾ ਜੀ ਜਕਰੀਆ ਖਾਨ ਨੇ ਕੀ ਸਿੱਖਾਂ ਨੂੰ ਕੀ ਸਨੇਹਾ ਪੇਜਿਆ ਸੀ ਕਾਰਵਾਈ ਛੱਡਣ ਦਾ ਠੀਕ ਹੈ ਨੈਕਸਟ ਹੈ ਸਿੱਖਾਂ ਨੇ ਮੰਨ ਲਿਆ ਤੇ ਕਿਸ ਨੂੰ ਨਵਾਬ ਦਾ ਖਿਤਾਬ ਦਿੱਤਾ ਗਿਆ ਜੱਸਾ ਸਿੰਘ ਨੂੰ ਕੇਸਰ ਸਿੰਘ ਨੂੰ ਮਾ ਸਿੰਘ ਨੂੰ ਜਾਂ ਕਪੂਰ ਸਿੰਘ ਫਜ਼ਲਪੁਰੀਆ ਨੂੰ ਅਰੇ ਦੇ ਰਾਈਟ ਆਪਸ਼ਨ ਕੀ ਹੈ ਕਪੂਰ ਸਿੰਘ ਫਜ਼ਲਪੁਰੀਆ ਨੂੰ ਕੀ ਸਿੱਖਾਂ ਨੇ ਮੰਨ ਲਿਆ ਤੇ ਨਵਾਬ ਦਾ ਖਿਤਾਬ ਕਿਹਨੂੰ ਦਿੱਤਾ ਕਪੂਰ ਸਿੰਘ ਫਜ਼ਲਪੁਰੀਆ ਨੂੰ ਠੀਕ ਹੈ ਨੈਕਸਟ 35ਵਾਂ ਕੁਐਸਚਨ ਹੈ ਆਪਣੇ ਕੋਲ ਕਪੂਰ ਸਿੰਘ ਨੂੰ ਕਦੋਂ ਨਵਾਬ ਦੀ ਉਪਾਧੀ ਦਿੱਤੀ ਗਈ ਸੀ 1733 1735 1734 1732 ਔਰ ਇਹਦੀ ਰਾਈਟ অপਸ਼ਨ ਕੀ ਹੈ 1733 ਵੀ ਦੇ ਵਿੱਚ ਕੀ ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਕੀ ਹੈ ਦਿੱਤੀ ਗਈ ਸੀ ਠੀਕ ਹੈ ਨਵਾਬ ਕਪੂਰ ਸਿੰਘ ਨੇ ਕਦੇ ਸਿੱਖਾਂ ਨੂੰ ਦੋ ਭਾਗਾ ਵਿੱਚ ਵੰਡ ਦਿੱਤਾ ਸੀ 1752 1733 1734 ਇਸ 1735 اور ਇਹਦੀ ਰਾਈਟ ਆਪਸ਼ਨ ਕੀ ਹੈ 1734ਵੀ ਦੇ ਵਿੱਚ ਕੀ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਕੀ ਦੋ ਪਾਗਾ ਵਿੱਚ ਵੰਡ ਦਿੱਤਾ ਸੀ ਠੀਕ ਹੈ ਨੈਕਸਟ ਹੈ ਬੁੱਢਾ ਦਲ ਵਿੱਚ ਕਿੰਨੇ ਸਾਲ ਦੀ ਉਮਰ ਦੇ ਲੋਕ ਸ਼ਾਮਿਲ ਸਨ 10 ਤੋਂ ਜ਼ਿਆਦਾ 20 ਤੋਂ ਜ਼ਿਆਦਾ 30 ਤੋਂ ਜ਼ਿਆਦਾ ਜਾਂ 40 ਤੋਂ ਜ਼ਿਆਦਾ اور ਇਹਦੀ ਰਾਈਟ ਆਪਸ਼ਨ ਕੀ ਹੈ 40 ਤੋਂ ਜ਼ਿਆਦਾ ਕੀ ਹੈ ਜਿਹੜੇ ਲੋਕ ਸੀ ਉਮਰ ਤੋਂ 40 ਤੋਂ ਜ਼ਿਆਦਾ ਉਮਰ ਦੇ ਲੋਕ ਕੀ ਬੁੱਢਾ ਦਲ ਦੇ ਵਿੱਚ ਕੀ ਸੀ ਸ਼ਾਮਿਲ ਸੀ ਤਰੁਣਾ ਦਲ ਵਿੱਚ ਕਿੰਨੇ ਸਾਲ ਦੇ ਲੋਕ ਸ਼ਾਮਿਲ ਸਨ 40 ਤੋਂ ਘੱਟ 50 ਤੋਂ ਘੱਟ 40 ਤੋਂ ਘੱਟ ਵੱਧ ਜਾਂ 50 ਤੋਂ ਵੱਧ অপਸ਼ਨਸ ਗਲਤ ਹੋ ਗਿਆ ਇੱਥੇ ਵੱਧ ਲਿਖ ਲਓ ਕੀ ਹੈ 40 ਤੋਂ ਘੱਟ 50 ਤੋਂ ਘੱਟ 40 ਤੋਂ ਵੱਧ ਔਰ 50 ਤੋਂ ਵੱਧ ਔਰ ਇਹਦੀ ਰਾਈਟ অপਸ਼ਨ ਕੀ ਹੈ ਚਾਲੀ ਤੋਂ ਘਟ ਕੀਏ ਜਿਹੜੇ ਲੋਕ ਸੀ ਉਹ ਕੀਏ ਤਰੁਨਾ ਦਲ ਵਿੱਚ ਕੀ ਸ਼ਾਮਿਲ ਸੀ ਔਰ ਬੁੱਢਾ ਦਲ ਵਿੱਚ ਕਿੰਨੇ ਸਾਲ ਦੀ ਉਮਰ ਦੇ ਲੋਕ ਸ਼ਾਮਿਲ ਸਨ ਚਾਲੀ ਤੋਂ ਜ਼ਿਆਦਾ ਸਾਲ ਦੀ ਉਮਰ ਦੇ ਠੀਕ ਹੈ ਅੱਜ ਦੀ ਕਲਾਸ ਆਪਣੀ ਇੱਥੇ ਖਤਮ ਹੁੰਦੀ ਹੈ ਅਗਰ ਕਿਸੇ ਨੂੰ ਵੀ ਕੋਈ ਡਾਊਟ ਹੋਏ ਕਮੈਂਟ ਬਾਕਸ ਚ ਦੱਸਿਓ ਜਾਂ WhatsApp ਗਰੁੱਪ ਤੇ ਵਿੱਚ ਮੈਸੇਜ ਕਰ ਦਿਓ ਥੈਂਕ ਯੂ ਥੈਂਕ ਯੂ ਵੈਰੀ ਮਚ